اعوذ باللہ من الشیطان الرجیم بسم اللہ الرحمن الرحیم آمین اتار رہی کتاب دا اللہ زورا ور جاننے والے دی طرفا بخشنے والا گناہ دا قبول کرنے والا توبہ دا سخت عذاب والا مقدور والا اس بن کوئی معبود نہیں اسی والے مر جانا نہیں جھگڑ دے اللہ دی آیتاں وچ پر جڑے بے ایمان ہو گئے نے ਸੋ ਤੋ ਖਾਨਾ ਦੇ ਇਹ ਤੈਨੂੰ ਅਣਜਾਣ ਉਹਨਾਂ ਦਾ ਸ਼ਹਿਰਾ ਵਿੱਚ ਇਹਨਾਂ ਦੇ ਪਹਿਲੇ ਨੂ ਦੀ ਕੌਮ ਚ ਉਠਲਾ ਚੁਕੀ ਹੈ ਤੇ ਉਹਨਾਂ ਦੇ ਪਿੱਛੇ ਹੋਰ ਵੀ ਕਈ ਟੋਲੇ ਇਹੋ ਕੰਮ ਕਰ ਚੁਕੇ ਨੇ ਤੇ ਹਰ ਉਮਮਤ ਨੇ ਆਪਣੇ ਪੈਗੰਬਰ ਨੂੰ ਗ੍ਰਿਫਤਾਰ ਕਰ ਲੈਣ ਦੀ ਨੀਅਤ ਕੀਤੀ ਤੇ ਝਗੜਾ ਕੀਤਾ ਨਾ ਝੂਠ ਨਾਲ ਤਾਂ ਜੇ ਸੱਚ ਨੂੰ ਡੇਗ ਦੇਣ ਫਿਰ ਫੜਿਆ ਮੈਂ ਉਹਨਾਂ ਨੂੰ ਫਿਰ ਕੀ ਕੁ ਹੋਇਆ ਜ਼ਾਮ ਮੇਰਾ ਕੋਸ਼ੇ たら ਠੀਕ ਨਿਕਲੀਏ ਗੱਲ ਤੇਰੇ ਰੱਬ ਦੀ ਬਈ ਮਾਨਾ ਉਤੇ ਪਈਓ ਦੋਸਖੀ ਨੇ ਜਿਹੜੇ ਫਰਿਸ਼ਤੇ ਚੁੱਕਦੇ ਨੇ ਅਰਸ਼ ਰਬ ਦਾ ਤੇ ਜਿਹੜੇ ਦਿਵਾਲੇ ਨੇ ਉਸ ਦੇ ਪਾਕੀ ਬੋਲਦੇ ਨੇ ਨਾ ਰੁਲਾ ਕੇ ਸੋਭਾ ਆਪਣੇ ਰੱਬ ਦੀ ਤੇ ਮੰਨਦੇ ਨੇ ਉਹਨੂੰ ਤੇ ਬਖਸ਼ਿਸ਼ ਮੰਗਦੇ ਨੇ ਇਮਾਨਦਾਰਾਂ ਲਈ ਸਾਡੇ ਰੱਬਾ ਸਮਾ ਲਿਆ ਹਰ ਚੀਜ਼ ਨੂੰ ਤੇਰੀ ਮਿਹਰ ਤੇ ਤੇਰੇ ਇਲਮ ਨੇ ਸੋ ਮੁਆਫ ਕਰ ਉਹਨਾਂ ਨੂੰ ਜਿਨ੍ਹਾਂ ਤੋਬਾ ਕੀਤੀ ਤੇ ਤੁਰੇ ਤੇਰੇ ਰਾਹ ਉਤੇ ਤੇ ਬਚਾ ਉਹਨਾਂ ਨੂੰ ਦੋਜ਼ਖ ਦੇ ਆਜ਼ਾਬੋਂ ਸਾਡਿਆ ਰੱਬਾ ਤੇ ਵਾੜ ਉਹਨਾਂ ਨੂੰ ਸਦਾ ਰਹਿਣ ਦੇ ਬਿਸ਼ਤਾ ਵਿੱਚ ਜਿਨ੍ਹਾਂ ਦਾ ਤੂੰ ਵਾਦਾ ਦਿੱਤਾ ਉਹਨਾਂ ਨੂੰ ਤੇ ਜਿਹੜਾ ਨੇਕ ਹੋਇਆ ਉਹਨਾਂ ਦੇ ਪਿਓ ਵਿੱਚੋਂ ਤੇ ਉਹਨਾਂ ਦੀਆਂ ਬੀਵੀਆਂ ਵਿੱਚੋਂ ਤੇ ਉਹਨਾਂ ਦੀ ਔਲਾਦਾ ਵਿੱਚੋਂ ਜ਼ਰੂਰ ਤੂੰ ਏ ਜ਼ੋਰਾ ਬਰਕਮਤਾ ਵਾਲਾ ਤੇ ਬਚਾ ਉਹਨਾਂ ਨੂੰ ਬੁੜਿਆਈਆਂ ਤੋਂ ਤੇ ਜਿਸ ਨੂੰ ਬਚਾਇਆ ਤੂੰ ਬੁੜਿਆਈਆਂ ਤੋਂ ਉਸ ਦਿਨ ਸੋ ਜ਼ਰੂਰ ਤੂੰ ਮਿਹਰ ਕੀਤੀ ਉਸ ਉਤੇ ਤੇ ਇਹੋ ਹੀ ਆ ਬੜੀ ਮੁਰਾਦ ਮਿਲਨੀ ਜਿਹੜੇ ਬੇਈਮਾਨ ਹੋ ਗਏ ਨੇ ਜ਼ਰੂਰ ਉਹਨਾਂ ਨੂੰ ਆਵਾਜ਼ ਆਵੇਗੀ ਭਈ ਗੁੱਸਾ ਕਰਨਾ ਅਲਾ ਦਾ ਬਧੀਰਾ ਬੜਾ ਹੈ ਤੁਸੀਂ ਦੇ ਆਪਣੀਆਂ ਜਾਨਾਂ ਉੱਤੇ ਗੁੱਸਾ ਕਰਨ ਨਾਲੋਂ ਜੇ ਜਦ ਸੱਦੇ ਜਾਂਦੇ ਸੋ ਈਮਾਨ ਵਾਲੇ ਫਿਰ ਨਹੀਂ ਮੰਨਦੇ ਸੋ ਆਖਿਓ ਨੇ ਸਾਡੇ ਰੱਬਾ ਮਾਰਿਆ ਹੀ ਸਾਨੂੰ ਦੋ ਵਾਰੀ ਤਜਵਾਇਆ ਹੀ ਸਾਨੂੰ ਦੋ ਵਾਰੀ ਹੁਣ ਮੰਨ ਲੈਨੇ ਅਸਾਂ ਗੁਨਾਹ ਆਪਣੇ ਫਿਰ ਭਲਾ ਹੈ ਨਿਕਲਣ ਦਾ ਵੀ ਕੋਈ ਰਾਹ ਜਵਾਬ ਮਿਲੇਗਾ ਇਹ ਅਜ਼ਾਬ ਜੀ ਉਸ ਬਬੋਂ ਜਦ ਯਾਦ ਕੀਤਾ ਜਾਂਦਾ ਸੀ ਅੱਲਾ ਨੂੰ ਇਕੱਲਾ ਕਰਕੇ ਉਸੇ ਨੂੰ ਨਹੀਂ ਮੰਨਦੇ ਸੋ ਤੇ ਜੇ ਸ਼ਰੀਕ ਬਣਾਇਆ ਜਾਂਦਾ ਸੀ ਉਸ ਨਾਲ ਤਾਂ ਮੰਨਦੇ ਸੋ ਹੁਣ ਫੈਸਲਾ ਹੈ ਅੱਲਾ ਦਾ ਜੋ ਸਭ ਨਾਲੋਂ ਉੱਚਾ ਹੈ ਬੜਾ ਉਹ ਹੋਈ ਹੈ ਜਿਹੜਾ ਵਖਾਂਦਾ ਤੁਹਾਨੂੰ ਨਿਸ਼ਾਨੀਆਂ ਆਪਣੀਆਂ ਤੇ ਉਤਾਰਦਾ ਤੁਸਾਂ ਲਈ ਅਸਮਾਨੋਂ ਰਿਜ਼ਕ ਤੇ ਨਹੀਂ ਨਸੀਹਤ ਲੈਂਦਾ ਪਰ ਜਿਹੜਾ ਮੋੜ ਆਵੇ ਸੋ ਯਾਦ ਕਰੋ ਅੱਲਾ ਨੂੰ ਨਖੇੜ ਕੇ ਉਸੇ ਲਈ ਬੰਦਗੀ ਭਾਵੇਂ ਜੇਕਰ ਜਨਨ ਬੇਈਮਾਨ ਮੰਦਾ ਉੱਚੇ ਦਰਜੇ ਵਾਲਾ ਮਾਲਕ ਅਰਸ਼ ਦਾ ਉਤਾਰ ਜਾਏ ਵਈ ਆਪਣੇ ਹੁਕਮ ਨਾਲ ਜਿਸੁੱਤੇ ਚਾਏ ਆਪਣੇ ਬੰਦਿਆਂ ਵਿੱਚੋਂ ਤਾਂ ਡਰਾ ਦੇ ਮੇਲ ਦੇ ਦਿਨੋਂ ਜਿਸ ਦਿਨ ਉਹ ਬਾਹਰ ਨਿਕਲ ਆਉਣਗੇ ਕਬਰਾਂ ਵਿੱਚੋਂ ਛੁਪੀ ਨਾ ਰਹੇਗੀ ਅੱਲਾ ਤੋ ਉਹਨਾਂ ਦੀ ਕੋਈ ਚੀਜ਼ ਕਿਸ ਦਾ ਰਾਜ ਹੈ ਅੱਜ ਅੱਲਾ ਦਾ ਏ ਜੋ ਇੱਕੋ ਹੈ ਡਾਡਾ آج بدلہ پائے گا ہر کوئی اپنی کمائی دا تکا نہیں آج اللہ ضرور شتابی لیکھا لینو والا ہے حبیب تے ڈرا ہونا نو قیامت دے دنوں جد دل پہنچنگے سنگاں کول غم دے پرے ہوئے نہیں ظالمہ دا کوئی دردی تے نا شفاعت کرنو والا جس دی سنی جائے جاندہ ہے چوری اکھیاں دی تے جو چھپاندے نے راست سینے تے اللہ حکم کردہ انصاف نال تے جنہاں نو سادد دے نے سوا ہو دے ਨਹੀਂ ਫੈਸਲਾ ਕਰਦੇ ਕੁਝ ਵੀ ਜ਼ਰੂਰ ਅੱਲਾ ਹੀ ਸੁਣਦਾ ਵੇਖਦਾ ਭਲਾ ਤੇ ਫਿਰੇ ਨਹੀਂ ਮੁਲਕ ਵਿੱਚ ਫਿਰ ਵੇਖਦੇ ਕੀ ਕਰ ਹੋਇਆ ਉਹ ਲੋਕਾਂ ਦਾ ਜਿਹੜੇ ਪਹਿਲੇ ਸਣੇ ਨਾਂ ਦੇ ਉਹ ਬਦੇ ਦੇ ਸਖਤ ਸਣੇ ਨਾਂ ਨਾਲੋਂ ਜ਼ੋਰ ਵੱਲੋਂ ਤੇ ਨਿਸ਼ਾਨ ਛੱਡ ਜਾਣ ਵੱਲੋਂ ਜ਼ਮੀਨ ਵਿੱਚ ਫਿਰ ਪਕੜਿਆ ਉਹਨਾਂ ਨੂੰ ਅੱਲਾ ਨੇ ਬਦਲੇ ਉਹਨਾਂ ਦੇ ਗੁਨਾਹ ਦੇ ਤੇ ਨਾ ਹੋਇਆ ਉਹਨਾਂ ਨੂੰ ਅੱਲਾ ਤੋਂ ਕੋਈ ਬਚਾਉਣ ਵਾਲਾ ਇਹ ਅਜ਼ਾਬ ਸੀ ਇਸ ਵਬੋਂ جو اونا کول اون اوندے سن پیغمبر اونا دے صاف نشانیاں لے کے پھر نہ مننے نے پھر پکڑیا اونا نو اللہ نے او ضرور زورا وارے سخت عذاب والا تے ضرور پہ جے اسا موسیٰ نو اپنی نشانیاں تے صاف دلیل دے کے پھر اون تے حامان تے قارون وال پھر آکھے اونے جادو گاڑے بڑا چوٹا پھر جد آیا اونا کول سچی گل لے کے ساڑے کولوں آکھے نے جانو مار دے ہو پتر اونا دے جنہ منیا نال اس دے ਤੇ ਜੂਨੀਅਰ ਐਂਡ ਜੋਤੀਆਂ ਉਹਨਾਂ ਦੀਆਂ ਤੇ ਨਹੀਂ ਇਹ ਦਾਅ ਬੇਇਮਾਨਾ ਦਾ ਪਰ ਔਗਤ ਜਾਂਦਾ ਏ ਤੇ ਆਖਿਆ ਫਿਰੌਨ ਨੇ ਛੱਡ ਦਿਓ ਮੈਨੂੰ ਮੈਂ ਮਰਦੇ ਆ ਮੂਸਾ ਨੂੰ ਤੇ ਪਿਆਸਦੇ ਆਪਣੇ ਰੱਬ ਨੂੰ ਮੈਂ ਡਰਨਾ ਜੋ ਬਦਲ ਨਾ ਦੇ ਤੁਹਾਡੇ ਦੀਨ ਨੂੰ ਜਾਂ ਵਰਪਾ ਨਾ ਕਰ ਦੇ ਮੁਲਕ ਵਿੱਚ ਫਸਾਦ ਤੇ ਆਖਿਆ ਮੂਸਾ ਨੇ ਮੈਂ ਪਨਾਹ ਵਿੱਚ ਆਇਆ ਆਪਣੇ ਤੇ ਤੁਹਾਡੇ ਰੱਬ ਦੀ ਹਰ غرੂਰ ਵਾਲੇ ਤੋਂ ਜੋ ਨਹੀਂ ਮੰਨਦਾ ਹਿਸਾਬ ਦੇ ਦਿਨ ਨੂੰ ਤੇ ਆਖਿਆ ਇੱਕ ਮਰਦ ਈਮਾਨਦਾਰ ਨੇ ਫਿਰੌਨ ਦੇ ਲੋਕਾਂ ਵਿੱਚੋਂ ਕਿਉਂ ਚ ਪੰਦਾ ਜੀ ਮਾਨ ਆਪਣਾ ਕਿਉਂ ਮਾਰਦੇ ਹੋ ਇੱਕ ਮਰਦ ਨੂੰ ਇਸ ਗੱਲੋਂ ਜੋ ਆਖਦਾ ਹੈ ਮੇਰਾ ਰੱਬ ਅੱਲਾ ਹੈ ਤੇ ਲਿਆਇਆ ਹੈ ਤੁਸਾਂ ਕੋਲ ਸਾਫ ਸਾਫ ਨਿਸ਼ਾਨੀਆਂ ਤੁਹਾਡੇ ਰੱਬ ਕੋਲੋਂ ਤੇ ਜੇ ਹੋਵੇਗਾ ਝੂਠਾ ਤਾਂ ਉਸੇ ਉੱਤੇ ਪੈਗਾ ਝੂਠੋ ਦਾ ਤੇ ਜੇ ਹੋਵੇਗਾ ਸੱਚਾ ਤਾਂ ਪਹੁੰਚੇਗਾ ਤੁਹਾਨੂੰ ਕੁਝ ਉਸ ਸਜ਼ਾ ਵਿੱਚੋਂ ਜਿਸ ਦਾ ਵਾਅਦਾ ਦਿੰਦਾ ਹੈ ਤੁਹਾਨੂੰ ਅੱਲਾ ਜ਼ਰੂਰ ਨਹੀਂ ਲਾ ਪਾਉਂਦਾ ਉਸ ਨੂੰ ਜਿਹੜਾ ਹੋਵੇ ਬੇਲਿਆਦ ਝੂਠਾ ਐ ਮੇਰੀ ਕੌਮ ਤੁਹਾਡਾ ਰਾਜ ਅੱਜ ਜ਼ੋਰ ਵਿੱਚ ਆ ਰਿਹਾ ਹੈ ਉਹ ਮੁਲਕ ਵਿੱਚ फेर ਕੌਣ ਮਦਦ ਕਰੇਗਾ ਸਾਡੀ ਅੱਲਾ ਦੇ ਅਜ਼ਾਬੋਂ ਜੇ ਆ ਗਿਆ ਅਸਾਂ ਉੱਤੇ ਆਕਿਆ ਫਰਾਉਨ ਨੇ ਮੈਂ ਨਹੀਂ ਰਾਹ ਦਿੰਦਾ ਤੁਹਾਨੂੰ ਪਰ ਜੋ ਮੇਰੀ ਰਾਹ ਵਿੱਚ ਆਉਂਦਾ ਹੈ ਤੇ ਨਹੀਂ ਦੱਸਦਾ ਮੈਂ ਤੁਹਾਨੂੰ ਪਰ ਰਾਹ ਭਲੇ ਦਾ ਜੇ ਆਖਣ ਲਗਾ ਜਿਨੇ ਮੰਨ ਲਿਆਂਦਾ ਸੀ ਐ ਮੇਰੀ ਕੌਮ ਮੈਨੂੰ ਖੌਫ ਹੈ ਤੁਸਾਂ ਉੱਤੇ ਉਹਨਾਂ ਟੋਲਿਆਂ ਜਿਆ ਦਿਨ ਆਉਣੇ ਦਾ ਗਿਆ ਹਾਲ ਹੋਇਆ ਉਹਦੀ ਕੌਮ ਦਾ ਤੇ ਆਦ ਤਸਮੂਦ ਦਾ ਤੇ ਜਿਹੜੇ ਉਹਨਾਂ ਦੇ ਪਿੱਛੇ ਹੋਏ ਕਿ ਅੱਲਾ ਜੇ ਆ ਨਹੀਂ ਜੋ ਜ਼ੁਲਮ ਕਰਨਾ ਚਾਹੇ ਬੰਦਿਆਂ ਉਤੇ ਤੇ ਐ ਮੇਰੀ ਕੌਮ ਮੈਨੂੰ ਖੌਫ ਹੈ ਤੁਸਾਂ ਉਤੇ ਆਪੇ ਵਿੱਚ ਹਾਕਾ ਮਾਰਨੇ ਦੇ ਦਿਨ ਦਾ ਤੇ ਹਾਕਾ ਨਾ ਮਾਰੀਆਂ ਜਦ ਡੁੱਬਣ ਲੱਗੇ ਜਿਸ ਦਿਨ ਮੋੜੋਗੇ ਮਗਰ ਫੇਰ ਕੇ ਨਸ ਦੇ ਨਹੀਂ ਤੁਹਾਨੂੰ ਅੱਲਾ ਤਾਂ ਕੋਈ ਬਚਾਨ ਵਾਲਾ ਤੇ ਜਿਸ ਨੂੰ راہ ਭੁਲਾਏ ਅੱਲਾ ਤਾਂ ਨਹੀਂ ਉਹਨੂੰ ਕੋਈ ਰਾਹ ਪਾਣ ਵਾਲਾ ਕਿ ਜ਼ਰੂਰ ਆਇਆ ਸੀ ਤੁਸਾਂ ਕੋਲ ਯੂਸਫ ਇਹੋਂ ਪਹਿਲੇ ਸਾਬਤ ਦਲੀਲਾਂ ਲੈ ਕੇ ਫਿਰ ਹਮੇਸ਼ਾ ਰਿਹਾ ਤੁਹਾਨੂੰ ਸ਼ੁਭਾ ਉਸ ਗੱਲ ਵਿੱਚ ਜਿਹੜੀ ਉਹ ਲਿਆਇਆ ਤੁਸਾਂ ਕੋਲ ਇਥੋਂ ਤੀਕ ਜੋ ਜਦ ਮਰ ਗਿਆ ਆਖਿਓ ਜੇ ਹਰਗिज़ ਨਾ ਭੇਜੇਗਾ ਅੱਲਾ ਪਿੱਛੇ ਉਹਦੇ ਕੋਈ ਪੈਗੰਬਰ ਐਸੀ ਤਰ੍ਹਾਂ ਬੁਲਾ ਦਿੰਦਾ ਅੱਲਾ ਉਹਨੂੰ ਜਿਹੜਾ ਦਿਲ ਲੰਘਣ ਵਾਲਾ ਹੈ ਸ਼ੱਕ ਕਰਨ ਵਾਲਾ ਉਹ ਜਿਹੜੇ ਝਗੜਦੇ ਨੇ ਅੱਲਾ ਦੀਆਂ ਗੱਲਾਂ ਵਿੱਚ ਬਗੈਰ ਦਲੀਲ ਦੇ ਜੋ ਆਈ ਹੋਵੇ ਉਹਨਾਂ ਕੋਲ ਇਹ ਝਗੜਾ ਬੜੀ ਗੱਲ ਹੈ ਗੁੱਸਾ ਚਾਲਨ ਵੱਲੋਂ ਨਜ਼ਦੀਕ ਅੱਲਾ ਦੇ ਤੇ ਨਜ਼ਦੀਕ ਇਮਾਨਦਾਰਾਂ ਦੇ ਐਸੇ ਤਰ੍ਹਾਂ ਮੋਰ ਲਾਂਦਾ ਹੀ ਅੱਲਾ ਹਰ ਇੱਕ غرور ਕਰਨ ਵਾਲੇ ੱੱਕੇ ਬਾਦ ਦੇ ਦਿਲ ਉੱਤੇ ਤੇ ਆਖਿਆ ਫਿਰੌਨ ਨੇ ਐ ਹਮਾਨ ਬਣਾ ਮੇਰੇ ਲਈ ਇੱਕ ਮਾਲ ਸ਼ਾਇਦ ਮੈਂ ਪਹੁੰਚਾਂ ਰਸਤਿਆਂ ਵਿੱਚ ਰਸਤਿਆਂ ਵਿੱਚ ਅਸਮਾਨਾਂ ਦੇ ਫਿਰ ਚਾਤ ਪਾ ਲਾਂ ਮੈਂ موسی ਦੇ ਮਾਬੂਦ ਵੱਲ ਤੇ ਮੈਂ ਗੁਮਾਨ ਕਰਨਾ ਉਹਨੂੰ ਝੂਠਾ ਤੇ ਇਸ ਤਰ੍ਹਾਂ ਫਿਰੌਣ ਨੂੰ ਉਹਦਾ ਬੁਰਾ ਕਰਤਬ ਸੋਣਾ ਦੱਸਿਆ ਹੋਈ ਕਿ ਸਿੱਧੀ ਰਾਹੋਂ ਰੋਕਿਆ ਗਿਆ ਤੇ ਨਹੀਂ ਦਾ ਫਿਰੌਣ ਦਾ ਪਰ ਬਰਬਾਦੀ ਵਿੱਚ ਤੇ ਆਖਣ ਲਗਾ ਇਹ ਸ਼ਖਸ ਜਿਨ ਇਮਾਨ ਲੈ ਆਂਦਾ ਸੀ ਇਹ ਮੇਰੀ ਕੌਮ ਤੁਸੀਂ ਮੇਰੇ ਮਗਰ ਤੁਰੋ ਤਾਂ ਮੈਂ ਦਸਰ ਤੁਹਾਨੂੰ ਰਾਹ ਭਲਾਈ ਦਾ ਇਹ ਮੇਰੀ ਕੌਮ ਹੈ ਦੁਨੀਆ ਦਾ ਜੀਉਣਾ ਨੀਰੀ ਵਰਤਨ ਦੀ ਚੀਜ਼ ਹੈ ਇਹ ਜ਼ਰੂਰ ਆਖਰਤ ਹੀ ਠਹਿਰਨ ਦਾ ਕਾਰ ਜਿਸ ਕੀਤੀ ਬੁਰੀਾਈ ਸੋ ਨਾ ਬਦਲਾ ਪਾਏਗਾ ਪਰ ਉਸੇ ਦੇ ਬਰਾਬਰ ਤੇ ਜਿਨ ਕੀਤੀ ਭਲਾਈ ਮਰਦ ਹੋਵੇ ਜਾਂ ਔਰਤ ਨਾਲੇ ਹੋਵੇ ਉਹ ਇਮਾਨਦਾਰ ਸੋ ਉਹ ਵੜਨਗੇ ਬੇਇਸ਼ਤ ਵਿੱਚ ਰਿਜ਼ਕ ਮਿਲੇਗਾ ਉੱਥੇ ਬੇਸ਼ੁਮਾਰ ਤੇ ਇਹ ਮੇਰੀ ਕੌਮ ਕੀ ਹੋ ਗਿਆ ਜੇ ਮੈਂ ਸਦਨਾ ਤੁਹਾਨੂੰ ਛੁਟਕਾਰੇ ਵਾਦ ਤੇ ਤੁਸੀਂ ਮੈਨੂੰ ਸਾਧਦੇ ਹੋ ਅਗਵਨ ਸਤਿ ਧਿਓ ਮੈਨੂੰ ਤਾਂ ਫਿਰ ਜਾਂ ਖੁਦਾ ਵੱਲੋਂ ਤਸ਼ਰੀਕ ਬਣਾਵਾ ਉਸ ਨਾਲ ਜਿਸ ਦੀ ਨਹੀਂ ਹੈ ਮੈਨੂੰ ਕੋਈ ਖਬਰ ਤੇ ਮੈਂ ਸਤਿਨਾ ਤੁਹਾਨੂੰ ਜ਼ੋਰਵਾਰ ਬਖਸ਼ਨਾਰ ਵੱਲ ਕੋਈ ਸ਼ੱਕ ਨਹੀਂ ਜਿਸ ਵਲ ਤੁਸੀਂ ਸਤਿ ਧਿਓ ਮੈਨੂੰ ਜ਼ੂਰ ਉਹਦਾ ਕੰਮ ਨਹੀਂ ਦੁਆ ਕਬੂਲ ਕਰਨੀ ਦੁਨੀਆਂ ਵਿੱਚ ਤੇ ਨਾਖਰਤ ਵਿੱਚ ਤੇ ਮੁਰਨਾ ਸਾਡਾ ਜ਼ਰੂਰ ਅੱਲਾ ਵੱਲ ਤੇ ਹੱਦੋਂ ਲੰਘਣ ਵਾਲੇ ਜ਼ਰੂਰ ਦੋਸਤੀ ਨੇ ਸੋ ਅਗੋ ਯਾਦ ਕਰੋਗੇ ਜੋ ਮੈਂ ਆਖਣਾ ਤੁਹਾਨੂੰ ਤੇ ਮੈਂ سپੁਰਦ ਕਰਨਾ ਕੰਮ ਆਪਣਾ ਅੱਲਾ ਦੇ ਅੱਲਾ ਜ਼ਰੂਰ ਵੇਖਦਾ ਹੈ ਬੰਦਿਆਂ ਨੂੰ ਫਿਰ ਬਚਾ ਲਿਆ ਉਹਨੂੰ ਅੱਲਾ ਨੇ ਉਹਨਾਂ ਦੇ ਬੁਰੇ ਦਾ ਖੇਡਣੇ ਤੋਂ ਤੇ ਕਹਿ ਲਿਆ ਫਰਾਉਨ ਦੇ ਲੋਕਾਂ ਨੂੰ ਬੁਰੇ ਅਜ਼ਾਬ ਨੇ ਅਗਨ ਜਿਸ ਦੇ ਸਾਹਮਣੇ ਕੀਤੇ ਜਾਂਦੇ ਨੇ ਸਵੇਰੇ ਤੇ ਤੀਸਰੇ ਪੈਰ ਤੇ ਜਿਸ ਦਿਨ ਆਵੇਗੀ ਕਿਆਮਤ ਹੁਕਮ ਹੋਏਗਾ ਪਾਜੋ ਫਰਾਉਨ ਦੇ ਲੋਕਾਂ ਨੂੰ ਸਖਤ ਤੋਂ ਸਖਤ ਅਜ਼ਾਬ ਦੇ ਤੇ ਜਦ ਆਪੇ ਵੀ ਝਗੜਨਗੇ ਅਗ ਵਿੱਚ ਫੇਰ ਆਖਣਗੇ ਕਮਜ਼ੋਰ ਲੋਕ غرور ਕਰਨ ਵਾਲਿਆਂ ਨੂੰ ਅਸੀਂ ਸਾ ਤੁਹਾਡੇ ਮਗਰ ਤੁਰਨ ਵਾਲੇ ਫੇਰ ਭਲਾ ਤੁਸੀਂ ਦਫਾ ਵੀ ਕਰਨ ਜੋਗੇ ਆਸਾਂ ਤੋਂ ਇੱਕ ਹਜ਼ਾਰ ਆਬ ਦਾ ਆਖਣਗੇ ਜਿੰਨਾ غرور ਕੀਤਾ ਸੀ ਅਸੀਂ ਸਭੋ ਐਸੇ ਹਾਲ ਵਿੱਚ ਆ ਅੱਲਾ ਜ਼ਰੂਰ ਫੈਸਲਾ ਕਰ ਚੁੱਕਾ ਹੈ ਬੰਦਿਆਂ ਵਿੱਚ ਤੇ ਆਖਣ ਲਗੇ ਜਿਹੜੇ ਅਗ ਵਿੱਚ ਨੇ ਦੋਜ਼ਖ ਦੇ ਦਰੋਗਿਆਂ ਨੂੰ ਭਈ ਦੁਆ ਕਰੋ ਆਪਣੇ ਰੱਬ ਅੱਗੇ ਹਲਕਾ ਕਰੇ ਅਸਾਂ ਤੋਂ ਇੱਕ ਦਿਨ ਜ਼ਰਾ ਕੁ ﻋਜ਼ਾਬ ਆਖਣ ਲੱਗੇ ਭਲਾ ਤੇ ਆਏ ਨਹੀਂ ਸੰ ਤੁਸਾਂ ਕੋਲ ਪੈਗੰਬਰ ਤੁਹਾਡੇ ਸਾਫ ਦਲੀਲਾਂ ਲੈ ਕੇ ਆਖਿਓ ਨਾ ਕਿਉਂ ਨਹੀਂ ਆਖਣ ਲੱਗੇ ਫਿਰ ਤੁਸੀਂ ਆਪ ਹੀ ਦੁਆ ਕਰੋ ਤੇ ਨਹੀਂ ਇਹ ਦੁਆ ਮੰਗਣਾ ਬੇਈਮਾਨਾਂ ਦਾ ਪਰ ਔਗਤ ਜਾਂਦਾ ਅਸੀਂ ਜ਼ਰੂਰ ਮਦਦ ਕਰਨੇ ਆ ਆਪਣੇ ਪੈਗੰਬਰਾਂ ਦੀ ਤੇ ਈਮਾਨ ਵਾਲਿਆਂ ਦੀ ਦੁਨੀਆਵੀ ਜ਼ਿੰਦਗੀ ਵਿੱਚ ਤੇ ਜਿਸ ਦਿਨ ਖਰੋਣਗੇ ਗਵਾ ਇਸ ਦਿਨ ਨਾ ਨਫਾ ਦੇ ਜ਼ਾਲਮਾਂ ਨੂੰ ਉਜਰ ਉਹਨਾਂ ਦਾ ਤੇ ਉਹਨਾਂ ਦੀ ਫਟਕਾਰ ਹੈ ਤੇ ਉਹਨਾਂ ਦੀ ਬੁਰਾਕਾਰ ਹੈ ਕਿ ਜ਼ਰੂਰ ਅਸਾਂ ਦਿੱਤੀ موسی ਨੂੰ ਹਦਾਇਤ ਤੇ ਵਾਰਿਸ ਬਣਾਇਆ ਅਸਾਂ ਬਨੀ ਇਸਰਾਇਲ ਨੂੰ ਕਿਤਾਬ ਦਾ ਜਿਹੜੀ ਹਦਾਇਤ ਦੇ ਤੇ ਨਸੀਅਤ ਅਕਲਾਂ ਵਾਲਿਆਂ ਨੂੰ اے ਹਬੀਬ ਸਬਰ ਕਰੋ ਅੱਲਾ ਦਾ ਵਾਦਾ ਜ਼ਰੂਰ ਸੱਚਾ ਹੈ ਤੇ ਬਖਸ਼ਿਸ਼ ਮੰਗੋ ਆਪਣੀ ਬੇਸਬਰੀ ਦੀ ਤੇ ਪੱਕੀ ਬੋਲ ਰਲਾ ਕੇ ਸੋਬਾ ਆਪਣੇ ਰੱਬ ਦੀ ਤੀਸਰੇ ਪੈਰ ਤੇ ਸਵੇਰੇ ਜਿਹੜੇ ਝਗੜਦੇ ਨੇ ਅੱਲਾਹ ਦੀਆਂ ਗੱਲਾਂ ਵਿੱਚ ਬਗੈਰ ਦਲੀਲ ਦੇ ਜੋ ਆਈ ਹੋਵੇ ਉਹਨਾਂ ਕੋਲ ਨਹੀਂ ਉਹਨਾਂ ਦੇ ਜੀਵਾਂ ਵਿੱਚ ਪਰ ਕਮੰਡ ਨਹੀਂ ਉਹਨਾਂ ਪਹੁੰਚਣਾ ਉਚਾਈ ਤੱਕ ਸੁਪਨਾ ਮੰਗ ਅੱਲਾਹ ਦੀ ਜ਼ਰੂਰ ਉਹ ਇਹ ਸੁਣਦਾ ਵੇਖਦਾ ਪੈਦਾ ਕਰਨਾ ਅਸਮਾਨਾਂ ਤੇ ਜ਼ਮੀਨ ਦਾ ਜ਼ਰੂਰ ਵਧੇਰਾ بڑا ਕੰਮ ਹੈ ਲੋਕਾਂ ਦੇ ਪੈਦਾ ਕਰਨ ਨਾਲ ਪਰ ਬਹੁਤੇ ਲੋਕ ਨਹੀਂ ਜਾਣਦੇ ਤੇ ਨਹੀਂ ਬਰਾਬਰ ਹੁੰਦਾ ਅੰਨ ਤੇ ਸੁਜਾਕਾ ਤੇ ਨਾ ਜਿੰਨਾ ਮੰਨਿਆ ਹੈ ਤੇ ਕੀਤਿਆਂ ਨੇ ਪਲਾਈਆਂ ਤੇ ਨਾ ਬੁਰਾ ਕੰਮ ਕਰਨ ਵਾਲਾ ਬਹੁਤ ਥੋੜੀ ਸੋਚ ਕਰਦੇ ਹੋ ਕਿਆਮਤ ਜ਼ਰੂਰ ਆਉਣੀ ਹੈ ਕੁਝ ਸ਼ੱਕ ਨਹੀਂ ਉਸ ਵਿੱਚ ਪਰ ਬਹੁਤੇ ਲੋਕ ਨਹੀਂ ਮੰਨਦੇ ਤੇ ਆਖੇ ਤੁਹਾਡੇ ਰੱਬ ਨੇ ਦੁਆ ਮੰਗੋ ਮੈਥੋਂ ਮੈਂ ਕਬੂਲ ਕਰਾਂਗਾ ਤੁਹਾਡੀ ਦੁਆ ਜਿਹੜੇ غرور ਕਰਦੇ ਨੇ ਮੇਰੀ ਇਬਾਦਤ ਕਰਨ ਤੋਂ ਜ਼ਰੂਰ ਹੋਣ ਪੈਣਗੇ ਦੋਜ਼ਖ ਵਿੱਚ ਖੁਆਰ ਹੋ ਕੇ ਅੱਲਾ ਓਏ ਜਿੰ ਬਣਾ ਦਿੱਤੀ ਤੁਹਾਨੂੰ ਰਾਤ ਤਾਂ ਆਰਾਮ ਪਾਓ ਉਸ ਵਿੱਚ ਤੇ ਦਿਨ ਬਖਾਨ ਵਾਲਾ ਅੱਲਾ ਜ਼ਰੂਰ ਫਜ਼ਲ ਵਾਲਾ ਹੈ ਲੋਕਾਂ ਉਤੇ ਪਰ ਬਹੁਤੇ ਲੋਕ ਸ਼ੁਕਰ ਨਹੀਂ ਕਰਦੇ ਇਹੋ ਜੀ ਅੱਲਾ ਰੱਬ ਤੁਹਾਡਾ ਪੈਦਾ ਕਰਨ ਵਾਲਾ ਹਰ ਚੀਜ਼ ਦਾ ਕੋਈ ਨਹੀਂ ਮਹਬੂਤ ਬਾਝੋ ਦੇ ਫਿਰ ਕਿੱਧਰ ਮੋੜੇ ਜਾਂਦੇ ਹੋ ਉਹਦੀ ਇਬਾਦਤ ਤੋਂ ਹੋਰ ਦੀ ਇਬਾਦਤ ਵੱਲ ਐਸੇ ਤਰ੍ਹਾਂ ਮੋੜੇ ਗਏ ਨੇ ਜਿਹੜੇ ਅੱਲਾ ਦੀਆਂ ਆਇਤਾਂ ਦਾ ਇਨਕਾਰ ਕਰਦੇ ਸਨ ਅੱਲਾ ਓਏ ਜਿੰ ਬਣਾ ਦਿੱਤੀ ਤੁਹਾਨੂੰ ਜ਼ਮੀਨ ਠਹਿਰਨ ਦਾ ਥਾਂ ਤੇ ਅਸਮਾਨ ਗੁੰਬਦ ਤੇ ਸ਼ਕਲ ਬਣਾਈ ਤੁਹਾਡੀ ਫਿਰ ਸੋਹਣੀਆਂ ਬਣਾਈਆਂ ਸ਼ਕਲਾਂ ਤੁਹਾਡੀਆਂ ਤੇ ਰਿਜ਼ਕ ਦਿੱਤਾ ਤੁਹਾਨੂੰ ਮਰਜ਼ਦਾਦ ਚੀਜ਼ਾਂ ਵਿੱਚੋਂ ਇਹੋ ਜਿਹਾ ਅੱਲਾ ਰੱਬ ਤੁਹਾਡਾ ਸੋ ਬੜੀ ਬਰਕਤ ਵਾਲਾ ਹੈ ਅੱਲਾ ਪਾਲਣ ਵਾਲਾ ਸਾਰੇ ਜਗ ਦਾ ਓਏ ਅਸਲ ਜ਼ਿੰਦਾ ਕੋਈ ਪੂਜਾ ਦੇ ਲਾਇਕ ਨਹੀਂ ਬਾਜੋ ਦੇ ਸੋ ਪੁਕਾਰੋ ਉਹਨੂੰ ਹੀ ਨਖੇੜ ਕੇ ਉਹਦੇ ਲਈ ਬੰਦਗੀ ਸਭ ਸੋਬਾ ਅੱਲਾ ਹੀ ਏ ਜੋ ਪਾਲਨਹਾਰ ਸਾਰੇ ਜੱਗ ਦਾ। ਹਬੀਬ ਤੁਸੀਂ ਆਖੋ ਮੈਨੂੰ ਮਨਾ ਕਰ ਦਿੱਤਾ ਜੋ ਮੈਂ ਪੂਜਾਂ ਜਿਨ੍ਹਾਂ ਨੂੰ ਤੁਸੀਂ ਪੁਕਾਰਦੇ ਹੋ। ਸਵਾਹ ਅੱਲਾ ਦੇ। ਜਦ ਪਹੁੰਚ ਚੁਕੀ ਮੈਨੂੰ ਸਾਫ ਨਿਸ਼ਾਨੀਆਂ ਮੇਰੇ ਰੱਬ ਵੱਲੋਂ ਤਾਂ ਮੈਨੂੰ ਹੁਕਮ ਹੋਇਆ ਹੈ ਜੋ ਮੈਂ ਫਰਮਾ ਬਰਦਾਰ ਹਾਂ ਸਾਰੇ ਜੱਗ ਦੇ ਰੱਬ ਦਾ। ਉਹ ਹੀ ਏ ਜਿਨ ਪੈਦਾ ਕੀਤਾ ਤੁਹਾਨੂੰ ਮਿੱਟੀ ਤੋਂ। ਫਿਰ ਪਾਣੀ ਦੀ ਬੂੰਦ ਤੋਂ। ਫਿਰ ਲਾਹੂ ਦੀ ਫੁਟਕੀ ਤੋਂ। ਫਿਰ ਕਰਦਾ ਹੈ ਤੁਹਾਨੂੰ ਅਜਾਣੇ ਬਣੇ ਹੋਏ। ਫਿਰ ਰਹਿਣ ਦਿੰਦਾ ਹੈ ਤਾਂ ਤੁਸੀਂ ਪਹੁੰਚੇ ਜਵਾਨੀ ਆਪਣੀ ਨੂੰ ਫਿਰ ਰਹਿਣ ਦਿੰਦਾ ਹੈ ਤਾਂ ਹੋ ਜਾਓ ਬੁੱਢੇ ਤੇ ਕੋਈ ਤੁਸਾਂ ਵਿੱਚੋਂ ਫੌਤ ਹੋ ਜਾਂਦਾ ਹੈ ਇਹ ਤੋਂ ਪਹਿਲੇ ਵੀ ਕਿ ਰਹਿਣ ਦਿੰਦਾ ਹੈ ਤਾਂ ਤੁਸੀਂ ਪਹੁੰਚੋ ਇੱਕ ਮੁੱਦਤ ਮੁਕਰਰ ਤੱਕ ਤੇ ਸ਼ਾਇਦ ਤੁਸੀਂ ਅਕਲ ਕਰੋ ਉਹ ਹੋਈਏ ਜਿਹੜਾ ਜਵਾਨ ਦਾ ਇਤਮਾਰਦਾ ਹੈ ਫਿਰ ਜਦ ਚਾਹੇ ਕਿਸੇ ਕੰਮ ਨੂੰ ਤਾਂ ਇਹਦਾ ਇੱਜਣਾ ਹੀ ਆਖ ਦਿੰਦਾ ਉਸ ਨੂੰ ਭਾਈ ਹੋ ਜਾ ਫਿਰ ਹੋ ਜਾਂਦਾ ਹੈ ਪਲਾ ਤੂੰ ਨਹੀਂ ਵੇਖਿਆ ਆਪਣਾ ਵੱਲ ਜਿਹੜੇ ਚਕਰਦੇ ਨੇ ਅੱਲਾ ਦੀਆਂ ਗੱਲਾਂ ਵਿੱਚ ਉਹ ਕਿਦੜੋਂ ਮੋੜ ਜਾਂਦੇ ਨੇ ਜਿੰਨਾ ਚੁਠਲਾਇਆ ਕਿਤਾਬ ਨੂੰ ਤੇ ਉਸ ਨੂੰ ਜੋ ਦੇ ਕੇ ਭੇਜਿਆ ਸਾ ਪੈਗੰਬਰ ਆਪਣੇ ਸੋ ਅਗੋ ਜਾਣ ਲੈਣਗੇ ਜਦ ਤੌਕ ਪਹਿਨਗੇ ਉਹਨਾਂ ਦੀਆਂ ਗਰਦਨਾਂ ਵਿੱਚ ਤੇ ਜ਼ੰਜੀਰਾਂ ਕਸੀਟੇ ਜਾਣਗੇ ਛੜਦੇ ਪਾਣੀ ਵਿੱਚ ਫਿਰ ਅੱਗ ਵਿੱਚ ਝੌਕੇ ਜਾਣਗੇ ਫਿਰ ਆਖਿਆ ਜਾਏਗਾ ਉਹਨਾਂ ਨੂੰ ਕਿੱਥੇ ਗਿਆ ਜਿਸ ਨੂੰ ਤੁਸੀਂ ਸ਼ਰੀਕ ਬਣਾਉਂਦੇ ਸਾਓ ਸਵਾਲ ਅੱਲਾ ਦੇ ਅੱਖਰ ਨੇ ਵਾਲੇ ਹੋ ਗਏ ਨੇ ਸਾਥੋਂ ਸਗੋ ਅਸੀਂ ਨਹੀਂ ਸੰਪੂਝਦੇ ਜੋ ਪਹਿਲੇ ਕਿਸੇ ਚੀਜ਼ ਨੂੰ ਇਸੇ ਤਰ੍ਹਾਂ ਭੁਲਾ ਦਿੰਦਾ ਅੱਲਾ ਬੇਈਮਾਨਾਂ ਨੂੰ ਇਹ ਜਿ ਬਦਲਾ ਉਸ ਦਾ ਜੋ ਮਸਤ ਹੋਏ ਫਿਰਦੇ ਸੌ ਜ਼ਮੀਨ ਵਿੱਚ ਨਾ ਹੱਕ ਤੇ ਬਦਲਾ ਉਸ ਦਾ ਜੋ ਉਚਾਈ ਕਰਦੇ ਸੌ ਬੜੋ ਦੋਜ਼ਖ ਦੇ ਦਰਵਾਜ਼ਿਆਂ ਵਿੱਚ ਸਦਾ ਰਹਿਣ ਲਈ ਉੱਥੇ ਸੋ ਕਿਆ ਬੁਰਾ ਏ ਟਿਕਾਣਾ غرور ਕਰਨ ਵਾਲਿਆਂ ਦਾ ਹਬੀਬ ਸਬਰ ਕਰੋ ਵਾਦਾ ਅੱਲਾ ਦਾ ਜ਼ਰੂਰ ਸੱਚਾ ਹੈ ਫੇਰ ਜੇ ਖਾਲੀ ਅਸੀਂ ਤੇਰੇ ਸਾਹਮਣੇ ਕੁਝ ਉਸ ਰਾਬ ਵਿੱਚੋਂ ਜਿਸ ਦਾ ਅਸੀਂ ਵਾਦਾ ਦਿੱਨੇ ਆ ਉਹਨਾਂ ਨੂੰ ਯਾ ਇਹਦੋਂ ਪਹਿਲੇ ਦੁਨੀਆ ਤੋਂ ਚੁੱਕ ਲਈਏ ਤੁਹਾਨੂੰ ਉਹਨਾਂ ਮੁਰਕੇ ਤੇ ਸਾਡੀ ਵੱਲ ਆਉਣਾ ਹਬੀਬ ਜ਼ਰੂਰ ਤੇ ਜੇ ਅਸਾਂ ਬਹੁਤ پیغمبر ਪਹਿਲੇ ਤੇਰੇ ਕਿਸੇ ਦਾ ਉਹਨਾਂ ਵਿੱਚੋਂ ਅਸਾਂ ਬਿਆਨ ਕੀਤਾ ਤੇਰੇ ਅੱਗੇ ਤੇ ਕਿਸੇ ਦਾ ਉਹਨਾਂ ਵਿੱਚੋਂ ਅਸਾਂ ਬਿਆਨ ਨਹੀਂ ਕੀਤਾ ਤੇਰੇ ਅੱਗੇ ਤੇ ਕਿਸੇ ਤਗੰਬਰ ਦਾ ਮਕਦੂਰ ਨਹੀਂ ਸੀ ਜੋ ਲੈ ਹੋਂਦਾ ਕੋਈ ਨਿਸ਼ਾਨੀ ਪਰ ਅੱਲਾ ਦੇ ਹੁਕਮ ਨਾਲ ਫਿਰ ਜਦ ਆਇਆ ਹੁਕਮ ਅੱਲਾ ਦਾ ਫੈਸਲਾ ਹੋ ਗਿਆ ਇਨਸਾਫ ਨਾਲ ਤੇ ਕਾਟਾ ਪਾਇਆ ਉੱਥੇ ਝੂਠਿਆਂ ਨੇ ਅੱਲਾ ਓਏ ਜਿੰਨ ਬਣਾ ਦਿੱਤੇ ਤੁਹਾਨੂੰ ਚੌਖਰ ਤਾਂ ਸਵਾਰ ਹੋਵੋ ਕਿਸੇ ਉੱਤੇ ਉਹਨਾਂ ਵਿੱਚੋਂ ਤੇ ਕਿਸੇ ਨੂੰ ਉਹਨਾਂ ਵਿੱਚੋਂ ਖਾਂਦੇ ਹੋ ਤੇ ਤੁਹਾਡੇ ਉਹਨਾਂ ਵਿੱਚੇ ਫਾਇਦੇ ਨਹੀਂ ਨਾਲੇ ਤਾਂ ਜੋ ਪਹੁੰਚੋ ਉਹਨਾਂ ਉੱਤੇ ਚੜ ਕੇ ਕਿਸੇ ਲੋੜ ਨੂੰ ਜੋ ਤੁਹਾਡੇ ਜੀਆਂ ਵਿੱਚੇ ਕਿ ਉਹਨਾਂ ਉੱਤੇ ਤੇ ਬੇੜੀਆਂ ਉੱਤੇ ਸਵਾਰ ਕਿਤੇ ਜਾਂਦੇ ਹੋ ਤੇ ਵਖਾਂਦਾ ਤੁਹਾਨੂੰ ਨਿਸ਼ਾਨੀਆਂ ਆਪਣੀਆਂ ਫਿਰ ਕਿਹੜੀ-ਕਿਹੜੀ ਆਪਣੇ ਰੱਬ ਦੇ ਨਿਸ਼ਾਨ ਦੇ ਵਿੱਚੋਂ ਨਾ ਮੰਨੋਗੇ ਭਲਾ ਫਿਰ ਫਿਰੇ ਨਹੀਂ ਮੁਲਕ ਵਿੱਚ ਫਿਰ ਵੇਖਦੇ ਕੀ ਕਰ ਹੋਇਆ ਉਹ ਲੋਕ ਉਹਨਾਂ ਦਾ ਜਿਹੜੇ ਅੱਗੇ ਹੋਏ ਨੇ ਇਹਨਾਂ ਦੇ ਉਪ ਵਧੇਰੇ ਸੰਗਿਨਤੀ ਵਿੱਚ ਇਹਨਾਂ ਨਾਲ ਤੇ ਵਧੇਰੇ ਸਖਤ ਜ਼ੋਰ ਵੱਲੋਂ ਤੇ ਨਿਸ਼ਾਨ ਛੱਡ ਜਾਣ ਵੱਲੋਂ ਜ਼ਮੀਨ ਵਿੱਚ ਫਿਰ ਨਾ ਕੰਮ ਆਇਆ ਉਹਨਾਂ ਦੇ ਜੋ ਕਮਾਂਦੇ ਸਨ ਫਿਰ ਜਦ ਆਏ ਉਹਨਾਂ ਕੋਲ ਪੈਗੰਬਰ ਉਹਨਾਂ ਦੇ ਸਾਫ ਨਿਸ਼ਾਨੀਆਂ ਲੈ ਕੇ ਰੀਜ ਬੈਠੇ ਉਸ ਉਤੇ ਜੋ ਇਲਮ ਉਹਨਾਂ ਦੇ ਕੋਲ ਸੀ ਤੇ ਕਹਿ ਲਿਆ ਉਹਨਾਂ ਨੂੰ ਉਹ ਚੀਜ਼ ਜਿਸ ਦਾ ਮਖੌਲ ਕਰਦੇ ਸਨ ਫਿਰ ਜਦ ਵੇਖਿਓ ਨੇ ਅਜ਼ਾਬ ਸਾਡਾ ਆਖਿਓ ਨੇ ਅਸੀਂ ਮੰਨ ਲਿਆ ਅੱਲਾ ਨੂੰ ਇੱਕੋ ਕਰਕੇ ਉਸ ਨੂੰ ਤੇ ਛੱਡਦੇ ਤਾਂ ਅਸੀਂ ਜਿਸ ਨੂੰ ਅਸੀਂ ਸ਼ਰੀਕ ਬਣਾਉਂਦੇ ਰਹੇ ਹਾਂ ਫਿਰ ਨਾ ਹੋਇਆ ਜੋ ਨਫਾ ਦੇ ਉਹਨਾਂ ਨੂੰ ਮੰਨਾਂ ਉਹਨਾਂ ਦਾ ਜਦ ਵੇਖ ਚੁਕੇ ਅਜ਼ਾਬ ਸਾਡਾ ਇਹੋ ਦਸਤੂਰ ਬੱਧਾ ਹੋਇਆ ਹੈ ਅੱਲਾ ਦਾ ਜਿਹੜਾ ਗੁਜ਼ਰਿਆ ਹੈ ਉਹਦੇ ਬੰਦਿਆਂ ਵਿੱਚ ਕਾਟਾ ਪਾਇਆ ਉੱਥੇ ਬੇਈਮਾਨਾਂ ਨੇ